ਸੂਬੇ ਭਰ ਵਿੱਚ ਗਰਮੀ ਦਾ ਸਿਤਮ ਲਗਾਤਾਰ ਜਾਰੀ ਸੀ ਅਤੇ ਟੈਂਪਰੇਚਰ 45 ਤੋਂ ਲੈ ਕੇ 46 ਡਿਗਰੀ ਤੱਕ ਪਹੁੰਚ ਗਿਆ ਸੀ ਅਤੇ ਲੋਕ ਵੀ ਬਹੁਤ ਪਰੇਸ਼ਾਨ ਸਨ। ਤੁਹਾਨੂੰ ਨਾਭੇ ਦੀਆਂ ਤਸਵੀਰਾਂ ਦਿਖਾ ਦਈਏ। ਨਾਭੇ ਦੇ ਵਿੱਚ ਜੋ ਖੇਤਾਂ ਵਿੱਚ ਪਾਣੀ ਭਰਨਾ ਸ਼ੁਰੂ ਹੋਇਆ ਕਿਉਂਕਿ ਸਵੇਰ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। ਇਸ ਦੇ ਨਾਲ ਜਿੱਥੇ ਕਿਸਾਨ ਵੀ ਖੁਸ਼ ਵਿਖਾਈ ਦੇ ਰਹੇ ਨੇ, ਆਮ ਲੋਕ ਵੀ ਖੁਸ਼ ਨੇ ਕਿਉਂਕਿ ਲਗਾਤਾਰ ਬਾਰਿਸ਼ ਪੈਣ ਦੇ ਨਾਲ ਹੁਣ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੁਣ ਲਗਾਤਾਰ ਟੈਂਪਰੇਚਰ ਵੀ ਨੀਚੇ ਆਏਗਾ। ਤੁਹਾਨੂੰ ਦੱਸ ਦਈਏ ਕਿ ਜਿੱਥੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਸੀ ਕਿ ਲਗਾਤਾਰ ਹੁਣ ਬਾਰਿਸ਼ ਪਏਗੀ, 3 ਦਿਨ ਦਾ ਅਲਰਟ ਜਾਰੀ ਕੀਤਾ ਗਿਆ, ਇਸ ਦਾ ਅਸਰ ਹੁਣ ਨਾਭਾ ਵਿੱਚ ਵੇਖਣ ਨੂੰ ਮਿਲਿਆ ਹੈ। ਬਹੁਤ ਵਧੀਆ ਹੋ ਗਿਆ ਜੀ, ਇਹ ਤਾਂ ਰੱਬ ਨੇ ਸੁਣ ਲਈ ਸਾਡੀ। ਬਹੁਤ ਪਾਣੀ ਆਉਣਾ, ਬਿਜਲੀ ਵੀ ਆਉਣ ਲੱਗ ਜੂ ਅਤੇ ਠੰਡ ਵੀ ਹੋ ਜੀ, ਜੀਰੀਆਂ ਹੁਣ ਛੇਤੀ ਤੋਂ ਛੇਤੀ ਲੱਗ ਜਾਣੀ। ਪਹਿਲਾਂ ਕਿੰਨੀ ਕੁ ਮੁਸ਼ਕਿਲ ਸੀਗੀ, ਜਿਵੇਂ ਮੀਂਹ ਨਹੀਂ ਪੈ ਰਿਹਾ ਸੀਗਾ, ਕਿੰਨਾ ਕੁ ਮੁਸ਼ਕਿਲ ਦਾ ਸਾਹਮਣਾ? ਪਹਿਲਾਂ ਤਾਂ ਬਹੁਤ ਔਖਾ ਸੀ, ਬਹੁਤ ਪਾਣੀ ਨਹੀਂ ਤੁਰਦਾ ਸੀ, ਪਾਣੀ ਵੀ ਅੱਧਾ ਲੱਦੂ ਧਰਤੀ ਤੋਂ ਵੀ, ਪਾਣੀ ਘੱਟ ਲੇ ਤਰੂ ਜੀ, ਹੁਣ ਪਾਣੀ ਬਹੁਤ ਘੱਟ ਨਾ ਜੀ, ਵੀ ਖੇਤਾਂ ਜਾਣ ਜਾਣ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਪਹਿਲਾਂ, ਬਹੁਤ ਜੀ ਲੋ ਚੱਲਦੀ, ਗਰਮ ਚੱਲਦੀ ਬਾਹਲੀ। ਹੁਣ ਕਿੰਨੇ ਕੁ ਸਵੇਰ ਤੋਂ ਪੈ ਰਹੀ ਹੈ ਬਾਰਿਸ਼? ਹੋ ਗਿਆ ਜੀ, ਮੇਰਾ 1.5-2 ਘੰਟੇ ਹੋ ਗਏ ਜੀ ਲਗਾਤਾਰ। ਹਾਂ ਜੀ ਭਾਅ ਜੀ, ਹੁਣ ਤਾਂ ਜੀਰੀ ਵੀ ਲੱਗ ਜਾਣੀ ਹੈ ਇਹਦੇ ਨਾਲ। ਬਸ ਜੀ, ਹੁਣ ਤਾਂ ਦਿਨਾਂ 'ਚ ਲੱਗ ਜੀ, 5-7 ਦਿਨਾਂ 'ਚ ਸਾਰਾ ਨੰਬਰ। ਇਹ ਜਿਵੇਂ ਥੋੜ੍ਹੀ ਬਿਜਲੀ ਦੀ ਕਿੱਲਤ ਸੀ, ਉਹ ਵੀ ਕੰਟਰੋਲ ਹੋ ਜੂਗਾ ਹੁਣ? ਹਾਂ ਵੱਧ ਜੂ ਜੀ ਹੁਣ ਬਿਜਲੀ। ਪਹਿਲਾਂ ਬਹੁਤ ਪਰੇਸ਼ਾਨੀ ਸੀ, ਹੁਣ ਤਾਂ ਬਹੁਤ ਵਧੀਆ ਹੋ ਗਿਆ, ਬਾਰਿਸ਼ ਹੋ ਗਈ। ਪਹਿਲਾਂ ਪਾਣੀ ਨਹੀਂ ਤੁਰਦਾ, ਨਾਲੇ ਕੰਮ ਕਰਨਾ ਗਰਮੀ 'ਚ ਬਹੁਤ ਔਖਾ ਸੀ, ਹੁਣ ਮਾੜੀ ਮੋਟੀ ਠੰਡ ਹੋਊਗੀ, ਨਾਲੇ ਪਾਣੀ ਦਾ ਸਕਾਲਾ ਹੋ ਗਿਆ, ਕੰਮ ਵਾਹਣ ਗਿੱਲੇ ਹੋ ਗਏ, ਜੀਰੀ ਛੇਤੀ ਲੱਗੂ, ਪਾਣੀ ਦੀ ਖਪਤ ਘੱਟ ਹੋਊ, ਥੱਲੋਂ ਘੱਟ ਨਿਕਲੂ ਪਾਣੀ, ਕੰਮ ਕਰਨ ਨੂੰ ਮਨ ਕਰੂ ਬੰਦੇ ਦਾ, ਗਰਮੀ 'ਚ ਔਖਾ ਬਹੁਤ। 40-45 ਡਿਗਰੀ ਤੇ ਸੈਲਸੀਅਸ ਦਾ ਪਹਿਲਾਂ ਤਾਂ ਘਰੋਂ ਨਿਕਲਣਾ ਹੋਰ, ਉਹੀ ਗੱਲ ਹੈ ਜੀ, ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ, ਟਰੈਟ ਲਾਉਂਦੇ ਤਾਂ ਸੇਕ ਮਰੀ ਜਾਂਦਾ ਜੀ, ਅੱਗ ਪੈਂਦੀ ਤੀ ਮੇਰੀ, ਧੁੱਪ ਗਰਮੀ। ਤੁਸੀਂ ਉਹ ਲਵਾ ਤੇ ਲਾਉਣ ਲੱਗ ਗਏ ਜਿਹੜੇ ਹੈਗੇ ਆ? ਹਾਂ ਜੀ ਹਾਂ, ਲਾ ਰਹੇ ਨੇ ਬਾਈ ਜੀ ਲੇਬਰ। ਬਹੁਤ ਰਾਹਤ ਮਿਲੀ ਹੈ ਜੀ, ਬਹੁਤ ਖੁਸ਼ ਹਾਂ। ਅਤੇ ਹੁਣ ਠੰਡ 'ਚ ਵਧੀਆ ਕੰਮ ਨਿਬੜੂ ਜੀ, ਨਹੀਂ ਤਾਂ ਕਿੱਥੇ ਅੰਦਰੇ ਬੈਠੇ ਰਹਿੰਦੇ ਤੇ। ਪਹਿਲਾਂ ਕਿੰਨੀ ਮੁਸ਼ਕਿਲ ਆਉਂਦੀ ਸੀ ਜਿਵੇਂ ਆਉਣ ਜਾਣ ਜਾਂ? ਗਰਮੀਓ ਤੀ ਬਹੁਤ ਸੀ, ਕੰਮ ਕਿੱਥੇ ਹੁੰਦਾ ਸੀ ਪਹਿਲਾਂ, ਹੁਣ ਤਾਂ ਬਹੁਤ ਲਾਈਟ ਵੱਧ ਜੂ, ਸਭ ਕੁਛ ਸੂਆ ਚੱਲਦਾ ਚੱਲਦਾ, ਹੁਣ ਰਾਹਤ ਆ। ਹਾਂ ਜੀ ਬਿਲਕੁਲ। ਕਿੰਨੇ ਕੁ ਟਾਈਮ ਤੋਂ ਬਾਰਿਸ਼ ਹੋ ਰਹੀ ਆ? ਘੰਟਾ 1.5 ਘੰਟਾ ਹੋ ਗਿਆ ਜੀ ਲਗਾਤਾਰ, ਐਵੇਂ ਸਪੀਡ ਨਾਲ ਪੈ ਰਿਹਾ? ਹਾਂਜੀ ਹਾਂ, ਬਹੁਤ ਵਧੀਆ।